ਬਸਤੀ ਆ ਡੀਸੀ ਕੰਟਰੈਕਟ ਵਰਕਰ ਯੂਨੀਅਨ ਅੰਮ੍ਰਿਤਸਰ ਬੰਤੋ ਡੀਪੂ ਪ੍ਰਧਾਨ ਹੀਰਾ ਸਿੰਘ। ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਜੀ, ਉਹ ਮੰਗਾਂ ਸਾਡੀਆਂ ਮੰਨੀਆਂ ਗਈਆਂ ਨੇ ਪਿਛਲੇ ਦਿਨਾਂ ਦੌਰਾਨ, ਉਹ ਮੰਗਾਂ ਸਾਡੀਆਂ ਮੰਨ ਲਈਆਂ ਗਈਆਂ ਨੇ ਪਿਛਲੇ ਦਿਨਾਂ ਦੌਰਾਨ। ਪਰ ਸਾਡੇ ਸੈਕਟਰੀ ਟਰਾਂਸਪੋਰਟ ਨੇ ਸਾਡੇ ਕੋਲ 15 ਮਿੰਟ ਦਾ ਸਮਾਂ ਮੰਗਿਆ ਸੀ ਕਿ 15 ਦਿਨ ਦੇ ਵਿੱਚ ਉਸ ਜਿਹੜੀਆਂ ਮੰਗਾਂ ਤੁਹਾਡੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ, ਜਿਵੇਂ ਕਿ ਮੁੱਖ ਮੰਗ ਸੀ ਸਾਡੀ 5% ਦੀ ਇੰਕਰੀਮੈਂਟ ਜਿਹੜੀ ਸਾਡੀ ਲਗਾਈ ਹੋਈ ਪਿਛਲੀ ਸਰਕਾਰ ਵੱਲੋਂ ਉਹ ਰੋਕੀ ਗਈ ਆ। ਉਹਦੇ ਉਲਟ ਸਾਡੇ ਕੱਢੇ ਹੋਏ ਮੁਲਾਜ਼ਮ ਬਲੈਕ ਲਿਸਟ ਜਿਹੜੇ ਕੀਤੇ ਗਏ ਆ, ਉਹਨਾਂ ਨੂੰ ਨੌਕਰੀ 'ਤੇ ਬਹਾਲ ਕੀਤਾ ਜਾਊਗਾ ਅਤੇ ਜਿਹੜੀਆਂ ਕੰਡੀਸ਼ਨਾਂ ਦੇ ਵਿੱਚ ਸੋਧ ਕੀਤੀ ਜਾਊਗੀ, ਅਤੇ ਆਊਟ ਸੋਰਸ ਮੁਲਾਜ਼ਮ ਜਿੰਨੇ ਵੀ ਆ ਕੰਟਰੈਕਟ 'ਤੇ ਉਹਨਾਂ ਦਾ ਇੱਕ ਕੇਡਰ ਬਣਾ ਕੇ ਉਹਨਾਂ ਨੂੰ ਵਿਭਾਗ ਵਿੱਚ ਰੈਗੂਲਰ ਕੀਤਾ ਜਾਊਗਾ। ਪਰ ਸਾਰੀਆਂ ਮੰਗਾਂ ਤੋਂ ਜਿਹੜੀ ਸਾਡੀ ਮੈਨੇਜਮੈਂਟ ਭਾਈ ਜੀ ਨਜ਼ਰ ਆਈ ਆ, ਉਹਦੇ ਰੋਸ ਵਜੋਂ ਜਿਹੜੇ ਪੰਜਾਬ ਦੇ 27 ਦੇ 27 ਡਿਪੂ ਅੱਜ ਹੜਤਾਲ 'ਤੇ। ਜੇਕਰ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਅੱਗੇ ਦਾ ਕੀ ਹੋਣਾ? ਅੱਗੇ ਸਾਡੀ ਜਿਹੜੀ ਮੀਟਿੰਗ ਆ ਸੈਕਟਰੀ ਟਰਾਂਸਪੋਰਟ ਦੇ ਨਾਲ, ਫਾਈਨਲ ਮੀਟਿੰਗ ਜਿਹੜੀ ਉਹ ਹੈੱਡ ਹਾਊਸ ਸਾਡੇ ਸੈਕਟਰੀਏਟ ਚੱਲ ਰਹੀ ਆ, ਉੱਥੇ ਸਾਡੀ ਸੂਬਾ ਕਮੇਟੀ ਗਈ ਹੋਈ ਆ। ਜੇ ਉਹਦੇ ਵਿੱਚ ਹੱਲ ਨਹੀਂ ਹੁੰਦਾ ਤਾਂ ਕੱਲ੍ਹ ਨੂੰ ਜਿਹੜਾ ਉਹ ਸੀ ਐੱਮ ਦੀ ਕੋਠੀ ਦਾ ਘਿਰਾਓ ਕੀਤਾ ਜਾਊਗਾ। ਜੋ ਵੀ ਸਾਨੂੰ ਸਾਡੀ ਸੈਂਟਰ ਬਾਡੀ ਵੱਲੋਂ ਆਰਡਰ ਆਉਣਗੇ ਉਸ ਹਿਸਾਬ ਨਾਲ ਅਗਲਾ ਸੰਘਰਸ਼ ਲਿਖਿਆ ਜਾਊਗਾ। ਸਰਕਾਰ ਨੇ ਮੰਗਾਂ ਮੰਨੀਆਂ ਵਾ, ਜਿਹੜੇ ਡਿਪਾਰਟਮੈਂਟ ਆ ਉਹ ਉਹਨੂੰ ਲਾਗੂ ਨਹੀਂ ਕਰਦੇ? ਸਾਡੇ ਸੀਐਮ ਸਾਹਿਬ ਨਾਲ 2 ਵਾਰ ਸਾਡੀ ਮੀਟਿੰਗ ਹੋ ਚੁੱਕੀ ਆ, ਉਹਨਾਂ ਸਾਡੀਆਂ ਮੰਗਾਂ ਦੀ ਜਿਹੜੀ ਪ੍ਰਵਾਨਗੀ ਦਿੱਤੀ ਹੈ ਕਿ ਜਾਇਜ਼ ਮੰਗਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ। ਟਰਾਂਸਪੋਰਟ ਮੰਤਰੀ ਵੱਲੋਂ ਵੀ ਇਹ ਗੱਲ ਕਹੀ ਗਈ ਆ ਵੀ ਜਾਇਜ਼ ਮੰਗਾਂ ਹੱਲ ਕੀਤਾ ਜਾਵੇ, ਪਰ ਸਾਡੀ ਜਿਹੜੀ ਪ੍ਰੇਸ਼ਟ ਮੈਨੇਜਮੈਂਟ ਆ ਉਹ ਇਹ ਗੱਲ ਨੂੰ ਮੰਨਣਾ ਨਹੀਂ ਚਾਹੁੰਦੀ, ਕਿਉਂਕਿ ਉਹਨਾਂ ਦਾ ਜਿਹੜਾ ਵਾ ਰਾਹ ਜਿਹੜੇ ਆ ਭ੍ਰਿਸ਼ਟਾਚਾਰੀ ਦੇ ਖਤਮ ਹੁੰਦੇ ਆ, ਇਸ ਕਰਕੇ ਉਹ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਨਹੀਂ ਕਰ ਰਹੇ।